ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ। ਮੈਂ ਇੱਦਾਂ ਹੀ ਨੋਰਮਲ ਵੀਡੀਓ ਬਣਾ ਰਿਹਾ ਕਿਉਂਕਿ ਯਾਰ ਟਾਈਮ ਨਹੀਂ ਕੋਈ ਬਾਹਲੇ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਾਂ, ਪਰ ਦੱਸਣਾ ਜ਼ਰੂਰੀ ਹੈ ਕਿਉਂਕਿ ਮੇਰੇ ਭਰਾ ਕਿਸਾਨ ਜਿਹੜੇ ਬਾਰਡਰਾਂ ਦੇ ਉੱਤੇ ਪਹੁੰਚ ਚੁੱਕੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਸਾਡੀ ਲੜਾਈ ਕੀ ਹੈ, ਸਾਡੀ ਹੋਂਦ ਕੀ ਆ, ਹੈ ਨਾ। ਕਿਉਂਕਿ ਪਿਛਲੇ ਧਰਨੇ ਦੇ ਵਿੱਚ ਅਸੀਂ ਦੇਖਿਆ ਕਾਨੂੰਨਾਂ ਬਾਰੇ ਪੁੱਛਿਆ ਗਿਆ ਤਾਂ ਕਈਆਂ ਨੂੰ ਪਤਾ ਨਹੀਂ ਸੀ। ਮੈਂ ਚਾਹੁੰਦਾ ਵੀ ਸਾਰਿਆਂ ਨੂੰ ਪਤਾ ਹੋਵੇ, ਪੰਜਾਬੀ ਤਰੀਕੇ ਦੇ ਵਿੱਚ ਪਤਾ ਹੋਵੇ ਵੀ ਸਾਡੀਆਂ ਮੰਗਾਂ ਕੀ ਨੇ ਅਤੇ ਕੀ ਸਾਡੇ ਹੱਕ ਹੈ। ਉਹਦੀ ਪੂਰੀ ਡਿਟੇਲ ਦੇ ਵਿੱਚ ਵੀਡੀਓ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਠੇਕੇ ਦੇ ਹਿਸਾਬ ਦੇ ਨਾਲ, MSP ਦੇ ਹਿਸਾਬ ਦੇ ਨਾਲ ਵੀ ਚੀਜ਼ ਕੀ ਹੈ, ਸਾਰੀ ਡਿਟੇਲ 0 ਤੋਂ ਲੈ ਕੇ 100% ਤੁਹਾਨੂੰ ਗੱਲ ਸਮਝ ਆ ਜੂਗੀ ਵੀ ਆਹ ਚੀਜ਼ ਹੈ, ਆਹ ਸਾਡੀਆਂ ਮੰਗਾਂ ਨੇ। ਅਤੇ ਐਂਡ ਤੱਕ ਦੇਖਿਓ ਵੀਡੀਓ, ਆ ਜਾਓ ਫਿਰ ਗੱਲ ਕਰਦੇ ਆਪਾਂ ਮੰਗਾਂ ਦੀ। ਜਿਹੜਾ ਮੇਨ ਮੁੱਦਾ, ਕਿਸਾਨ ਪ੍ਰੋਟੈਸਟ ਕਿਉਂ ਕਰ ਰਹੇ ਨੇ, ਉਹਨਾਂ ਦੀਆਂ ਮੰਗਾਂ ਕੀ ਨੇ, ਤਾਂ ਮੇਨ ਮੇਨ ਜਿਹੜੀਆਂ ਮੰਗਾਂ ਨੇ ਮੈਂ ਤੁਹਾਨੂੰ ਆਹ ਵੀਡੀਓ ਦੇ ਵਿੱਚ ਦੱਸੂਗਾ, ਠੀਕ ਹੈ। ਸਾਰੀ ਵੀਡੀਓ ਐਂਡ ਤੱਕ ਦੇਖਣਾ। ਪੰਜਾਬੀ ਦੇ ਵਿੱਚ ਗੋਲ ਮਟੋਲ ਜੀਆਂ ਗੱਲਾਂ ਨਹੀਂ ਕਰੂੰਗਾ ਮੈਂ, ਜਮਾਂ ਡਾਇਰੈਕਟ ਮੁੱਦੇ ਦੀ ਗੱਲ ਕਰੂੰਗਾ ਕਿਉਂਕਿ ਮੈਂ ਵੀ ਇੱਕ ਕਿਸਾਨ ਦਾ ਮੁੰਡਾ, ਠੀਕ ਹੈ ਜੀ। ਤਾਂ ਕਿਸਾਨ ਕੀ ਡਿਮਾਂਡ ਕਰ ਰਹੇ ਨੇ, ਜਿਹੜੇ ਕਿਸਾਨ ਨੇ ਉਹ ਕੀ ਡਿਮਾਂਡ ਕਰ ਰਹੇ ਨੇ, ਸਿੱਧੀ ਜੀ ਗੱਲ ਹੈ, ਕੀ ਕੀ ਮੰਗਾਂ ਨੇ। ਤਾਂ ਸਭ ਤੋਂ ਪਹਿਲੀ ਮੰਗ ਕੀ ਹੈ, MSP। ਇਹਦੇ ਬਾਰੇ ਵੀ ਖੁੱਲ੍ਹ ਕੇ ਇੱਕ ਵੀਡੀਓ ਜਿਹੜੀ ਉਹ ਬਣਾਵਾਂਗੇ, MSP ਹੁੰਦਾ ਕੀ ਹੈ, ਕੀ ਮੁੱਦਾ, ਕੀ ਹਿਸਾਬ ਕਿਤਾਬ ਆ, ਪਰ ਮੋਟਾ ਮੋਟਾ ਮੈਂ ਇਹ ਵੀਡੀਓ ਦੇ ਵਿੱਚ ਹਾਈਲਾਈਟ ਕਰ ਦੂੰ ਤੁਹਾਡੇ ਕੋਲੇ। MSP ਦਾ ਮਤਲਬ ਹੁੰਦਾ ਜੀ ਮਿਨੀਮਮ ਸਪੋਰਟ ਪ੍ਰਾਈਸ, ਮਿਨੀਮਮ ਸਪੋਰਟ ਪ੍ਰਾਈਸ, ਜਿਹਦੇ ਨਾਲ ਕੋਈ ਵੀ ਫਸਲ ਆ ਜਿਹੜੀ ਕਿਸਾਨ ਬੀਜਦਾ ਉਹਦੀ ਘੱਟ ਤੋਂ ਘੱਟ ਵੈਲਿਊ ਵੀ ਇਦੋਂ ਘੱਟ ਜੇ ਕੋਈ ਖਰੀਦੂਗਾ ਤਾਂ ਉਹਨੂੰ ਸਜ਼ਾ ਮਿਲੂਗੀ। ਇਹੀ ਚਾਹੁੰਦੇ ਹਾਂ ਬਸ ਅਸੀਂ ਵੀ ਇਹ ਲਾ ਬਣਾ ਦਈਏ ਪੱਕਾ। ਹੁਣ MSP ਤਾਂ ਹੈਗੀ ਹੈ, MSP ਕਿੰਨੀਆਂ ਫਸਲਾਂ ਦੇ ਉੱਤੇ ਹੈ, 22 ਫਸਲਾਂ ਦੇ ਉੱਤੇ ਹੈ, ਠੀਕ ਹੈ, ਜਿਹਦੇ 'ਚ 22 ਫਸਲਾਂ ਆਉਂਦੀਆਂ ਹਾੜੀ ਸੌਣੀ ਦੀਆਂ। ਪਰ ਹੁਣ ਡਿਮਾਂਡ ਕੀ ਹੈ ਵੀ MSP ਹੋਵੇ ਅਤੇ ਉਹ ਲਾ ਦੀ ਗਰੰਟੀ ਦੇਣ ਆਪਣੇ ਕੋਲੇ, ਪ੍ਰੋਪਰ ਪੂਰੀ ਗਰੰਟੀ ਦੇਣ, ਲਿਖਤੀ ਰੂਪ ਦੇ ਵਿੱਚ ਕਾਨੂੰਨ ਬਣਾ ਦੇਣ ਅਤੇ ਸਾਰੀਆਂ ਫਸਲਾਂ ਆਲ ਕ੍ਰੋਪ ਦੇ ਉੱਤੇ, ਠੀਕ ਹੈ ਜੀ। ਪਹਿਲੀ ਸ਼ਰਤ ਇਹ ਹੈ। ਦੂਜੀ ਸ਼ਰਤ ਕੀ ਹੈ ਜੀ, ਜਿਹੜੀ MSP ਬਣੂਗੀ ਉਹ ਇੱਕ ਫਾਰਮੂਲੇ ਨਾਲ ਬਣਦੀ ਹੁੰਦੀ ਆ। ਉਹ 3 ਫਾਰਮੂਲੇ ਨੇ, ਉਹ ਮੈਂ ਤੁਹਾਨੂੰ ਸਮਝਾਉਣਾ ਕਿਹੜੇ ਨੇ। ਪਰ ਕਿਸਾਨ ਕੀ ਡਿਮਾਂਡ ਕਰ ਰਹੇ ਨੇ ਵੀ ਜਿਹੜੀ MSP ਆ ਉਹ C2 ਪਲੱਸ 50% ਵਾਲੇ ਫਾਰਮੂਲੇ ਨਾਲ ਬਣੇ, ਜਿਹੜੀ ਕਿ ਸਵਾਮੀਨਾਥਨ ਦੇ ਕੇ ਗਿਆ ਸੀ। ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਆ C2 ਪਲੱਸ 50%, ਠੀਕ ਹੈ, ਇਹਦੇ ਅਕੋਰਡਿੰਗ ਹੋਵੇ ਤਿਆਰ। 2006 ਦੇ ਵਿੱਚ ਇਹ ਸਵਾਮੀਨਾਥਨ ਨੇ ਦਿੱਤੀ ਸੀ, ਪ੍ਰਪੋਜ਼ ਕਰੀ ਸੀ, ਤੇ 2017-18 ਦੇ ਵਿੱਚ ਮੋਦੀ ਨੇ ਕਹਿਤਾ ਸੀ ਵੀ 2022 ਤੱਕ ਆਪਣੇ ਕੋਲੇ 2 ਗੁਣਾ ਡਬਲ ਇਨਕਮ ਹੋਜੂਗੀ ਕਿਸਾਨ ਦੀ। ਪਰ ਉਹ ਗੱਲਾਂ ਹੀ ਸੀ, ਗੱਲਾਂ ਹੀ ਰਹਿ ਗਈਆਂ, ਤਾਂ ਕਰਕੇ ਹੁਣ ਗਏ ਨੇ ਕਿਸਾਨ ਕਿ MP ਦੀਆਂ ਵੋਟਾਂ ਤੋਂ ਪਹਿਲਾਂ C2 ਪਲੱਸ 50% ਨਾਲ MSP ਤਿਆਰ ਹੋ ਗਈ। ਜਿਹੜੀ ਹੁਣ ਤੱਕ MSP ਤਿਆਰ ਹੁੰਦੀ ਆ ਉਹ 3 ਤਰੀਕੇ ਨੇ ਉਹਦੇ, ਸਿੱਧੀ ਜੀ ਗੱਲ ਸਮਝਾ ਦਿੰਦਾ ਮੈਂ, 3 ਤਰੀਕੇ ਨੇ ਉਹਦੇ। 3 ਤਰੀਕੇ ਉਹ ਕਿਹੜੇ ਕਿਹੜੇ ਨੇ, ਸਭ ਤੋਂ ਪਹਿਲਾ ਤਰੀਕਾ ਹੈਗਾ ਜੀ A2, ਦੂਜਾ ਹੈਗਾ ਜੀ ਮੇਰੇ ਕੋਲੇ A2 ਪਲੱਸ FL, ਤੀਜਾ ਹੈਗਾ ਜੀ ਆਪਣੇ ਕੋਲੇ C2 ਪਲੱਸ 50%। ਹੁਣ ਇੱਥੇ ਮੇਨ ਮੇਨ ਗੱਲ ਕਰਾਂਗੇ। ਸਭ ਤੋਂ ਪਹਿਲਾਂ A2 ਕੀ ਹੈ, A2 ਦੇ ਵਿੱਚ ਆਪਣੇ ਕੋਲੇ ਕੀ ਕੀ ਕਵਰ ਹੁੰਦਾ, ਕਿਸਾਨ ਜਿਹੜੀ ਫਸਲ ਲਾਉਂਦਾ ਉਹਦੇ 'ਚ ਜਿੰਨਾ ਖਾਦ 'ਤੇ ਖਰਚਾ ਆ, ਉਹਦੇ 'ਤੇ ਜਿੰਨਾ ਬੀਜ 'ਤੇ ਖਰਚਾ ਆ, ਉਹਦੇ 'ਤੇ ਜਿੰਨੀਆਂ ਦਵਾਈਆਂ 'ਤੇ ਖਰਚਾ ਆ, ਜਿੰਨਾ ਡੀਜ਼ਲ ਦਾ ਖਰਚਾ ਆਇਆ, ਜਿੰਨਾ ਪਾਣੀ ਦਾ ਖਰਚਾ ਆਇਆ, ਕੁੱਲ ਮਿਲਾ ਕੇ ਜਿੰਨਾ ਖਰਚਾ ਕਿਸਾਨ ਦਾ ਹੁੰਦਾ
ਉਹ ਫਸਲ ਦੇ ਵੱਢਣ ਤੱਕ ਬੀਜਣ ਤੋਂ ਲੈ ਕੇ ਉਹਨੂੰ ਆਪਾਂ ਏ ਟੂ ਕਹਿ ਦਿੰਦੇ ਹਾਂ। ਠੀਕ ਹੈ ਜੀ, ਏ ਟੂ ਐਫ ਐਲ ਕੀ ਹੈ? ਜਿੰਨਾ ਏ ਟੂ ਤਾਂ ਹੈਗਾ ਹੀ ਹੈਗਾ, ਖਾਦ ਬੀਜ ਦਵਾਈਆਂ, ਪਲੱਸ ਐਫ ਐਲ ਦਾ ਮਤਲਬ ਹੈਗਾ ਆਪਣੇ ਕੋਲੇ ਫੈਮਿਲੀ ਲੇਬਰ, ਵੀ ਕਿਸਾਨ ਦੀ ਮਜ਼ਦੂਰੀ ਵੀ ਉਹਦੇ ਪਰਿਵਾਰ ਦੀ ਮਜ਼ਦੂਰੀ ਵੀ ਐਡ ਹੋ ਕੇ ਐਮ ਐਸ ਪੀ ਬਣਾਓ, ਠੀਕ ਹੈ, ਤਾਂ ਜੋ ਸਰਕਾਰ ਨੂੰ ਇਨਕਮ ਹੋਵੇ। ਬਟ ਸੀ ਟੂ ਫਿਫਟੀ ਕੀ ਹੈ? ਸੀ ਟੂ ਦਾ ਮਤਲਬ ਹੁੰਦਾ ਆਪਣੇ ਕੋਲੇ ਕੰਪ੍ਰੀਹੈਂਸਿਵ ਕੋਸਟ ਆਫ ਪ੍ਰੋਡਕਸ਼ਨ, ਕੋਸਟ ਆਫ ਪ੍ਰੋਡਕਸ਼ਨ ਯਾਨੀ ਜਿੰਨਾ ਤੁਹਾਡੇ ਕੋਲੇ ਸਾਰਾ ਖਰਚਾ ਆਇਆ। ਠੀਕ ਹੈ, ਸੀ ਟੂ ਕਿਹਦਾ ਮਿਲਿਆ ਹੋਇਆ? ਏ ਟੂ ਪਲੱਸ ਐਫ ਐਲ ਤਾਂ ਉਹਦੇ 'ਚ ਹੁੰਦਾ ਹੀ ਹੁੰਦਾ, ਯਾਨੀ ਜਿੰਨਾ ਆਹ ਖਰਚਾ ਆਇਆ ਖਾਦ ਬੀਜ ਬੂਜ ਦਾ ਫੈਮਿਲੀ ਲੇਬਰ ਲਾ ਕੇ, ਪਲੱਸ ਉਹਦੇ ਵਿੱਚ ਦੋ ਚੀਜ਼ਾਂ ਹੋਰ ਐਡ ਹੋ ਗਈਆਂ। ਸਭ ਤੋਂ ਪਹਿਲੀ ਚੀਜ਼ ਐਡ ਹੋਈ ਉਹਦੇ ਵਿੱਚ ਜਿੰਨਾ ਲਾਗਤ ਆਈ ਦਾ ਵਿਆਜ, ਜਿੰਨਾ ਤੁਸੀਂ ਖਰਚਾ ਕੀਤਾ ਆਹ ਵਾਲਾ ਖਰਚਾ ਕੀਤਾ, ਜਿੰਨੇ ਉਹਦੇ ਪੈਸੇ ਜੇ ਤੁਸੀਂ ਬੈਂਕ 'ਚ ਰੱਖਦੇ ਤਾਂ ਜਿਹੜੀ ਉਹਦੀ ਸੇਵਿੰਗ ਹੋਣੀ ਸੀ ਉਹਨੂੰ ਆਪਾਂ ਕਹਿ ਦਾਂਗੇ ਲਾਗਤ ਆਫ ਵਿਆਜ, ਇੰਗਲਿਸ਼ 'ਚ ਉਹਨੂੰ ਕਹਿ ਦਾਂਗੇ ਆਪਾਂ ਕੰਪਿਊਟਡ ਕੋਸਟ ਆਫ ਕੈਪੀਟਲ। ਜਿੰਨਾ ਖਰਚਾ ਕਰ ਚੁੱਕੇ ਹੋ ਤੁਸੀਂ ਉਹਦੇ 'ਤੇ ਜਿੰਨਾ ਵਿਆਜ ਬਣੀ ਉਹਨੂੰ ਕਹਿ ਦਾਂਗੇ। ਜੇ ਐਗਜ਼ਾਮਪਲ ਦੱਸਣੀ ਹੋਵੇ, 1 ਲੱਖ ਰੁਪਇਆ ਤੁਸੀਂ ਬੈਂਕ ਦੇ ਵਿੱਚ ਰੱਖਤਾ, ਠੀਕ ਹੈ, ਉਹਦੀ 5 ਹਜ਼ਾਰ ਤੁਹਾਨੂੰ ਵਿਆਜ ਬਣ ਗਈ ਸਾਲ ਦੇ ਵਿੱਚ, ਤਾਂ ਉਹ 5 ਹਜ਼ਾਰ ਕੀ ਹੈ? ਕੰਪਿਊਟਡ ਕੋਸਟ ਆਫ ਕੈਪੀਟਲ। ਇਹ ਵੀ ਸੀ ਟੂ ਪਲੱਸ 50% ਦੇ ਵਿੱਚ ਸ਼ਰਤ ਦੇ ਵਿੱਚ ਐਡ ਹੈ, ਸੀ ਟੂ ਦਾ ਹੀ ਇਹ ਸਾਰਾ। ਇੱਕ ਤਾਂ ਜਿੰਨੀ ਏ ਟੂ ਪਲੱਸ ਐਫ ਐਲ, ਜਿੰਨਾ ਸਾਰਾ ਖਰਚਾ ਆਇਆ ਫੈਮਿਲੀ ਲੇਬਰ ਆਈ, ਪਲੱਸ ਇੱਕ ਵਿਆਜ ਵੀ ਉਹਦੇ 'ਚ ਐਡ ਹੋ ਗਿਆ, ਪਲੱਸ ਜ਼ਮੀਨ ਦਾ ਠੇਕਾ ਜਾਂ ਕਿਰਾਇਆ, ਜ਼ਮੀਨ ਦਾ ਕਿਰਾਇਆ ਉਹ ਵੀ ਵਿੱਚ ਇਨਕਲੂਡ ਹੈ, ਪਲੱਸ ਉੱਤੇ ਉਹਦੇ ਕਿਸਾਨ ਕੀ ਮੰਗਦੇ ਨੇ 50%, ਜਿੰਨਾ ਬਣ ਗਿਆ ਉਹਦਾ 50% ਜੋੜ ਕੇ ਉਹ ਐਮ ਐਸ ਪੀ ਸਾਨੂੰ ਦਿਓ ਘੱਟ ਤੋਂ ਘੱਟ, ਤਾਂ ਜੋ ਕਿਸਾਨ ਸੌਖਾ ਹੋ ਸਕੇ ਜਿੰਨੀ ਤੁਸੀਂ ਮਹਿੰਗਾਈ ਕਰਤੀ। ਹੋਰ ਅੰਕੜੇ ਦੇਖੀਏ, ਸਰਕਾਰੀ ਨੌਕਰੀ ਵਾਲਾ ਬੰਦਾ ਜਾਂ ਕੋਈ ਹੋਰ ਬਿਜ਼ਨਸ ਵਾਲਾ, ਉਹ ਦਿਨੋਂ ਦਿਨ ਵਧੀ ਜਾਂਦੇ ਨੇ, ਕਿਸਾਨ ਦਿਨੋਂ ਦਿਨ ਫਾਹੇ ਲਈ ਜਾਂਦਾ, ਉਹਦਾ ਕਾਰਨ ਕੀ ਹੈ? ਵੀ ਸਹੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਹੁਣ ਸੀ ਟੂ ਪਲੱਸ 50% ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਕਿੱਲੇ ਦਾ ਕੱਢ ਕੇ ਦੱਸਦਾ ਇੱਕ ਮੋਟਾ ਜਿਹਾ ਹਿਸਾਬ। ਬਾਹਲਾ ਮੈਂ ਕਿਸਾਨ ਨੂੰ ਨਹੀਂ ਇੱਥੇ ਪ੍ਰਫੁੱਲਤ ਕਰਦਾ, ਬਾਹਲਾ ਮੈਂ ਇੱਥੇ ਕਿਸਾਨ ਨੂੰ ਨਹੀਂ ਕਰਦਾ ਪ੍ਰਫੁੱਲਤ, ਵੀ ਤੁਸੀਂ ਕਹਿ ਦਿਓ ਵੀ ਇੰਨੀ ਇਨਕਮ ਜੇ ਵੋ, ਹੈ ਨਾ, ਦੋਨੇ ਫਸਲਾਂ ਦਾ ਕੱਢੂ ਮੈਂ ਕਿਉਂਕਿ ਮੈਂ ਖੁਦ ਖੇਤੀ ਕਰਦਾ। ਜੇ ਗਲਤ ਹੋਇਆ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਮੈਨੂੰ ਮੈਂ ਕਿੱਥੇ ਗਲਤ ਹਾਂ। ਠੀਕ ਹੈ, ਕਣਕ ਤੇ ਝੋਨੇ ਦਾ ਇਹ ਤਾਂ ਤੁਹਾਨੂੰ ਸਾਰਾ ਕਲੀਅਰ ਹੋ ਜੂ ਵੀ ਐਮ ਐਸ ਪੀ ਕਿਵੇਂ ਬਣਦੀ ਹੈ ਕਿਵੇਂ ਨਹੀਂ ਬਣਦੀ। 1 ਕਿੱਲਾ ਮੈਂ ਠੇਕੇ ਤੇ ਲਿਆ ਜੀ, ਠੀਕ ਹੈ, ਘੱਟ ਤੋਂ ਘੱਟ ਲਾ ਲਿਆ ਮੈਂ, ਵੱਧ ਤੋਂ ਵੱਧ ਲਾ ਲਿਆ ਮੈਂ 60,000 ਐਵਰੇਜ, ਠੀਕ ਹੈ, 70,000 ਨੂੰ ਵੀ ਠੇਕਾ ਹੋ ਰਿਹਾ, 80,000 ਨੂੰ ਵੀ ਹੋ ਰਿਹਾ, 50,000 ਵੀ ਹੋਊਗਾ ਕਿਤੇ ਨਾ, ਪਰ ਮੈਂ ਲਾਇਆ 60,000 ਰੁਪਇਆ ਕਿੱਲੇ ਦਾ ਠੇਕਾ, ਯਾਨੀ ਦੋ ਫਸਲਾਂ ਲੈ ਰਿਹਾ। ਜੇ ਮੈਂ 30,000 ਰੁਪਇਆ ਇੱਧਰ ਖਰਚਾ ਗਿਆ ਜੀ, ਮੇਰੇ ਕੋਲ 30,000 ਇੱਧਰ ਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਦੇਤਾ ਮੈਂ ਪਹਿਲਾਂ ਹੀ ਸੀ ਟੂ ਦੇ ਹਿਸਾਬ ਨਾਲ, ਜਿਹੜਾ ਜ਼ਮੀਨ ਦਾ ਕਿਰਾਇਆ ਉਹ ਐਡ ਹੋ ਗਿਆ ਜੀ, ਕਿੰਨਾ ਹੋ ਗਿਆ? 30,000 ਰੁਪਇਆ, ਇਹ ਤਾਂ ਸਿੱਧਾ ਸਾਈਡ ਤੇ ਰੱਖ, ਕਲੀਅਰ ਹੈ। 30,000 ਦੇ ਵਿੱਚ ਹੁਣ ਮੇਰੇ ਕੋਲ ਇੱਕ ਫਸਲ ਦੇ ਉੱਤੇ ਝੋਨੇ ਦੇ ਉੱਤੇ ਉੱਕਾ ਪੁੱਕਾ ਖਰਚਾ ਜਿਹੜਾ ਆਊਗਾ ਉਹ ਕਿੰਨਾ ਆ ਗਿਆ ਜੀ ਮੇਰੇ ਕੋਲ? 20,000 ਰੁਪਇਆ ਸਾਰਾ, ਸ਼ੁਰੂ ਤੋਂ ਲੈ ਕੇ ਐਂਡ ਤੱਕ। ਇਹ ਵੀ ਮੈਂ ਐਵਰੇਜ ਜਿਹਾ ਲਾਇਆ, ਵੱਧ ਵੀ ਆ ਸਕਦਾ ਘੱਟ ਵੀ ਆ ਸਕਦਾ 1,000 ਰੁਪਇਆ, ਪਰ ਮੈਂ 20,000 ਰੁਪਇਆ ਲਾਤਾ, ਠੀਕ ਹੈ ਜੀ। 20 ਤੇ 30 ਕਿੰਨਾ ਹੋ ਗਿਆ? ਟੋਟਲ ਖਰਚਾ ਕਿੰਨਾ ਹੋ ਗਿਆ ਹੁਣ ਮੇਰੇ ਕੋਲ? 20 ਇਹ, 30,000 ਇਹ, ਟੋਟਲ ਖਰਚਾ ਕਿੰਨਾ ਹੋ ਗਿਆ ਮੇਰੇ ਕੋਲ? 50,000 ਰੁਪਇਆ ਤਾਂ ਇਹੀ ਲੱਗ ਗਿਆ, ਠੀਕ ਹੈ, 50,000 ਇਹ ਖਰਚਾ ਹੋ ਗਿਆ। 50,000 ਦਾ ਉੱਤੇ ਹੁਣ 2,000 ਰੁਪਇਆ ਇੰਪਿਊਟਡ ਆ ਗਿਆ, ਠੀਕ ਹੈ,
ਚੱਲ ਇਹ ਵੀ ਮਾਰੋ ਗੋਲੀ, ਠੀਕ ਹੈ 50,000 ਹੀ ਕੱਢ ਦੋ ਤੁਸੀਂ ਸਿੱਧਾ। 50,000 ਦਾ 50% ਕਿੰਨਾ ਹੋ ਗਿਆ? 25, ਯਾਨੀ ਅੱਧ ਉੱਡ ਕੇ ਹੋ ਗਿਆ 75,000 ਰੁਪਇਆ ਬਣਿਆ C2 ਦੇ ਹਿਸਾਬ ਦੇ ਨਾਲ। ਹੁਣ ਕਿੱਲੇ ਦੇ ਵਿੱਚੋਂ ਜਿਹੜੀ ਫਸਲ ਨਿਕਲਦੀ ਆ ਉਹ ਝੋਨਾ, ਜੇ ਉੱਕਾ ਪੁੱਕਾ ਜਾਂ ਲਾਵਾਂ ਤਾਂ ਮੈਂ 75 ਮਣ ਨਿਕਲਦਾ, ਉੱਕਾ ਪੁੱਕਾ ਐਵਰੇਜ ਯਾਨੀ 30 ਕੁਇੰਟਲ ਹੋ ਗਿਆ, ਠੀਕ ਹੈ ਜੀ। 75 ਨੂੰ ਜਦੋਂ ਮੈਂ 30 ਤੇ ਵੰਡੂੰਗਾ ਤਾਂ ਕਿੰਨਾ ਆ ਗਿਆ? 2,500 ਰੁਪਇਆ। 2,500 ਰੁਪਇਆ MSP ਮੇਰੀ ਹੋਣੀ ਚਾਹੀਦੀ ਹੈ। ਕਹਿੰਦੇ ਜਿਹੜੀ MSP ਹੁਣ ਕਿੰਨੀ ਹੈ ਜੀ? ਐਤਕੀ ਕਿੰਨੇ ਨੂੰ ਵਿਕਿਆ ਝੋਨਾ? 2,200 ਰੁਪਏ ਨੂੰ, 2,203 ਰੁਪਏ ਨੂੰ। ਹੁਣ ਕਰੰਟ ਕੀ ਹੈ? ਆਹਾ 300 ਰੁਪਇਆ ਰੇਟ ਵਧਣਾ ਚਾਹੀਦਾ। ਇਹ ਵੀ ਮੈਂ ਉਈ ਲਾਇਆ ਕੈਲਕੂਲੇਸ਼ਨ ਤੁਹਾਨੂੰ ਇਕੱਲੀ ਸਮਝਾਉਣ ਖਾਤਰ, ਇਦੋਂ ਵਧੂਗੀ MSP, ਘਟਦੀ ਨਹੀਂ, ਠੀਕ ਹੈ ਜੀ। 2,200 ਦੇ ਹਿਸਾਬ ਦੇ ਨਾਲ ਤੁਸੀਂ ਹੁਣ ਲਾ ਲਓ ਹਿਸਾਬ, ਆਪਾਂ ਨੂੰ ਕੀ ਪੜਤਾ ਪਊਗਾ? ਜੇ 30 ਨਾਲ ਗੁਣਾ ਕਰੀਏ ਉਹੀ ਝਾੜ, ਤਾਂ ਆਪਣੇ ਕੋਲੇ ਕਿੰਨੀ ਕਮਾਈ ਹੋਈ ਹੈ? 66,000 ਰੁਪਏ। 66,000 ਰੁਪਇਆ ਟੋਟਲ ਹੋਇਆ ਟੋਟਲ। ਆ ਖਰਚੇ ਖੁਰਚੇ ਤਾਂ ਬਾਅਦ ਚ ਕੱਢਣੇ ਪੈਣਗੇ ਇਹਨਾਂ ਚੋਂ, 50,000 ਕੱਢਣਾ ਬੂਹ ਵਿੱਚੋਂ, 16,000 ਰੁਪਇਆ ਬਚਿਆ ਇਹਦੇ ਹਿਸਾਬ ਦੇ ਨਾਲ। ਇਹ ਹਿਸਾਬ ਨਾਲ ਆਪਣੇ ਕੋਲ ਕਿੰਨਾ ਬਚ ਜੂਗਾ? 25,000। ਤਾਂ ਕਿਸਾਨ ਆਪ ਹੀ ਸੌਖਾ, ਠੀਕ ਹੈ। ਇਸੇ ਤਰ੍ਹਾਂ ਜੇ ਕਣਕ ਦੀ ਗੱਲ ਕਰਾਂ ਉਹੀ ਸੇਮ ਆ ਗਿਆ, 30,000 ਰੁਪਇਆ ਠੇਕਾ ਹੋ ਗਿਆ ਜੀ। ਕਣਕ ਤੇ ਖਰਚਾ ਘੱਟ ਆਉਂਦਾ, ਚੱਲ ਆਪਾਂ 15,000 ਲਾ ਲਈਏ, ਠੀਕ ਹੈ। 15 ਤੇ 30,000 ਟੋਟਲ, ਇਹ ਕਿੰਨਾ ਹੋ ਗਿਆ ਜੀ ਆਪਣੇ ਕੋਲੇ? 45,000। 45,000 ਦਾ ਅੱਧ ਕਿੰਨਾ ਹੋ ਗਿਆ? 22,500, ਯਾਨੀ 50% ਇਹਨਾਂ ਨੇ ਦੇਣੀ ਦੇਣੀ ਹੈ ਫਾਰਮੂਲੇ ਦੇ ਹਿਸਾਬ ਨਾਲ, ਠੀਕ ਹੈ। ਤਾਂ ਟੋਟਲ ਕਿੰਨਾ ਬਣ ਗਿਆ? 67,500। 67,500 ਚੋਂ ਕਣਕ ਜਿਹੜੀ ਹੁਣ ਨਿਕਲਦੀ ਆ ਉਹ 20 ਕੁਇੰਟਲ ਨਿਕਲਦੀ ਆ, 50 ਕੁ ਮਣ ਦੀ ਐਵਰੇਜ ਲੈ ਕੇ ਚੱਲਦੇ ਆ ਆਪਾਂ, ਠੀਕ ਹੈ। 50 ਕੁਇੰਟਲ ਲੈ ਗਏ ਤਾਂ MSP ਕਿੰਨੀ ਬਣੀ? 3,300 ਰੁਪਇਆ। MSP ਕਣਕ ਦੀ 3,300 ਰੁਪਇਆ ਬਣੀ, ਜਿਹੜੀ ਹੁਣ ਆਪਾਂ ਨੂੰ ਕਿੰਨੀ ਦੇਣੀ ਆ? ਹੁਣ ਆਪਾਂ ਨੂੰ ਕਿੰਨੀ ਦੇਣੀ ਇਹਨਾਂ ਨੇ? 2,275 ਰੁਪਈਏ। ਪਹਿਲਾਂ ਇਦੂ 150 ਰੁਪਇਆ ਹੋਰ ਸਸਤੀ ਸੀ, ਠੀਕ ਹੈ। ਪਹਿਲਾਂ ਇਦੂ 150 ਰੁਪਇਆ ਹੋਰ ਸਸਤੀ ਸੀ, ਇਹ ਤਾਂ ਐਤਕੀ ਜਿਹੜੀ ਅੱਗੇ ਵਿਕਣੀ ਹੈ ਉਹਦਾ ਰੇਟ ਹੈ 2,275 ਰੁਪਈਏ। ਫਰਕ ਦੇਖ ਲਓ ਹੁਣ ਤੁਸੀਂ ਕਿੰਨਾ, 1,000 ਰੁਪਈਏ ਦਾ ਫਰਕ ਪੈ ਗਿਆ ਸਿੱਧਾ ਹੀ। ਤਾਂ MSP ਹੈ ਜਿਹੜੀ ਉਹ ਮੈਟਰ ਕਰਦੀ ਹੈ ਝਾੜ ਦੇ ਹਿਸਾਬ ਦੇ ਨਾਲ। ਕਈ ਫਸਲਾਂ ਦਾ ਝਾੜ ਬਹੁਤ ਘੱਟ ਹੁੰਦਾ, ਨਰਮੇ ਦੀ ਸੋਚੀਏ, ਨਰਮੇ ਦਾ 8 ਕੁਇੰਟਲ ਹੀ ਨਿਕਲਦਾ ਹਨਾ, ਤੇ MSP ਇਹੀ ਰੌਲਾ ਪਾਉਂਦੇ ਨੇ ਕਿਸਾਨ, ਇਹੀ ਪਿੱਟਦੇ ਨੇ ਵੀ ਤੁਸੀਂ ਸਿਰਫ ਦੋ ਫਸਲਾਂ ਦੇ ਉੱਤੇ ਜ਼ੋਰ ਨਾ ਦਿਓ, ਤੁਸੀਂ ਸਾਰੀਆਂ ਜਿੰਨੀਆਂ ਫਸਲਾਂ ਨੇ ਜਿਹੜੀਆਂ ਘੱਟ ਸਮਾਂ ਲੈਣ ਉਹਨਾਂ ਦੀ MSP ਵਧਾਓ, ਤਾਂ ਜੋ ਕਿਸਾਨ ਪ੍ਰਫੁੱਲਿਤ ਹੋਣ ਤੇ ਵੱਖ-ਵੱਖ ਤਰ੍ਹਾਂ ਦੀ ਖੇਤੀ ਕਰ ਸਕਣ। ਤੁਸੀਂ ਆਮ ਖਬਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਸਬਜ਼ੀ ਰੁਲੀ ਜਾਂਦੀ ਹੈ ਜੀ ਮੰਡੀਆਂ ਦੇ ਵਿੱਚ, ਕਿੰਨੂ ਰੁਲੀ ਜਾਂਦਾ, ਕਮਾਈ ਕੌਣ ਕਰੀ ਜਾਂਦਾ? ਵੱਡੀਆਂ ਪਾਰਟੀਆਂ ਜਿਨ੍ਹਾਂ ਦੀ ਮੋਨੋਪਲੀ ਆ। ਹੁਣ ਤੁਸੀਂ ਐਂ ਲਾ ਲਓ ਹਿਸਾਬ, ਹਿਮਾਚਲ ਦੇ ਵਿੱਚ ਅੰਡਾਨੀ ਹੋਣੀ, ਠੀਕ ਹੈ, ਸਿੱਧੀ ਜੀ ਐਗਜ਼ਾਮਪਲ ਲੈਣਾ ਮੈਂ, ਇੱਕ ਬੰਦੇ ਨੂੰ ਟਾਰਗੇਟ ਕਰ ਰਿਹਾ ਇੱਥੇ, ਉਹ ਸੇਬ ਲੈਂਦੇ ਨੇ ਲਗਭਗ 70-75 ਰੁਪਈਏ ਕਿਸਾਨ ਤੋਂ, ਵੇਚਦੇ ਕਿੰਨੇ ਰੁਪਈਏ ਨੇ? ਉਹ 150-200। ਸਿੱਧੀ ਕਮਾਈ ਇੱਥੇ ਕੌਣ ਕਰ ਗਿਆ? ਅੰਡਾਨੀ। ਕਿਸਾਨ ਵਿਚਾਰਾ ਉੱਥੇ ਦਾ ਉੱਥੇ ਕਰਜ਼ੇ 'ਚ ਦੱਬੀ ਜਾਂਦਾ, ਫਿਰ ਉਹ ਕਿਸਾਨ ਫਾਹ ਹੀ ਲੈਂਦਾ। ਕਲੀਅਰ ਹੈ? ਤਾਂ MSP ਹੋਣਾ ਬਹੁਤ ਜ਼ਰੂਰੀ ਹੈ, ਤੇ ਹੋਵੇ ਵੀ C2+50% ਦੇ ਨਾਲ। ਜੇ ਸਮਝ ਆ ਗਿਆ ਤਾਂ ਵੀਡੀਓ ਦੇ ਵਿੱਚ ਥੱਲੇ ਐਪਰੀਸ਼ੀਏਟ ਕਰ ਦਿਓ ਵੀ ਸਿਰਾ ਲੱਗ ਗਿਆ, ਠੀਕ ਹੈ। ਕਈ ਬੰਦਿਆਂ ਨੂੰ ਹੁਣ ਪਤਾ ਹੀ ਨਹੀਂ ਹਨਾ, ਜਦੋਂ ਪਹਿਲਾਂ ਆਪਾਂ ਕਾਨੂੰਨਾਂ ਵੇਲੇ ਗਏ ਸੀ ਉੱਥੇ ਜਦੋਂ ਪੁੱਛਦੇ ਸੀਗੇ ਵੀ ਤੁਹਾਨੂੰ ਪਤਾ ਕਾਨੂੰਨਾਂ ਬਾਰੇ, ਕਿਸੇ ਨੂੰ ਕੁਛ ਨਹੀਂ ਪਤਾ ਸੀ ਵੀ ਅਸ ਤਾਂ ਜੀ ਉਹ ਆ ਗਿਆ ਤਾਂ ਨਾਲ ਆ ਗਿਆ। ਮੈਂ ਚਾਹੁੰਦਾ ਹਾਂ ਵੀ ਹਰੇਕ ਬੰਦੇ ਨੂੰ ਪਤਾ ਹੋਵੇ ਵੀ ਕਿਹੜੇ ਹੱਕਾਂ ਲਈ ਅਸੀਂ ਜਾ ਰਹੇ ਹਾਂ, ਕਿੱਥੇ ਸਾਡੇ ਨਾਲ ਧੱਕਾ ਹੋ ਰਿਹਾ, ਕਿੱਥੇ ਘਪਲਾ ਹੋ ਰਿਹਾ। ਆਹ ਵੀਡੀਓ ਤਾਂ ਹੀ ਬਣਾ ਰਿਹਾ, ਸਾਰਿਆਂ ਨੂੰ ਭੇਜ ਦਿਓ ਪੰਜਾਬੀਆਂ ਨੂੰ, ਤਾਂ ਜੋ ਪਤਾ ਲੱਗ ਸਕੇ।
ਦੂਜੀ ਮੰਗ ਇਹ ਹੈ। ਤੀਜੀ ਮੰਗ ਹੈਗੀ ਆਪਣੇ ਕੋਲੇ ਵੀ ਜਿੰਨਾ ਕਰਜ਼ੇ 'ਚ ਫਸੇ ਨੇ ਕਿਸਾਨ ਉਹਨਾਂ ਦਾ ਕਰਜ਼ਾ ਮੁਕਤ ਕੀਤਾ ਜਾਵੇ, ਠੀਕ ਹੈ, ਤਾਂ ਜੋ ਉਹ ਖੇਤੀਬਾੜੀ ਦੇ ਕਿੱਤੇ ਨੂੰ ਉਤਸ਼ਾਹਿਤ ਕਰ ਸਕਣ ਤੇ ਬਾਹਰ ਨੂੰ ਨਾ ਭੱਜਣ। ਇਹ ਤਿੰਨ ਮੰਗਾਂ ਨੇ। ਚੌਥਾ, ਲਖਮੀਰਪੁਰ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਖੇੜੀ ਦੇ ਵਿੱਚ ਘਟਨਾ ਹੋਈ ਸੀ, ਬੀਜੇਪੀ ਲੀਡਰਾਂ ਨੇ ਕਿਸਾਨ ਮਾਰੇ ਸੀ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਪੰਜਵਾਂ, ਕਹਿੰਦੇ 60 ਸਾਲਾਂ ਤੋਂ ਉੱਤੇ ਕੋਈ ਵੀ ਕਿਸਾਨ ਮਜ਼ਦੂਰ ਹੈ, ਠੀਕ ਹੈ, ਉਹਦੀ ਪੈਨਸ਼ਨ ਲੱਗੇ, ਠੀਕ ਹੈ ਜੀ। ਛੇਵਾਂ, ਕਹਿੰਦੇ ਨਰੇਗਾ ਦੇ ਅਕੋਰਡਿੰਗ ਹਰੇਕ ਮਜ਼ਦੂਰ ਨੂੰ 200 ਦਿਨ ਕੰਮ ਮਿਲੇ ਸਾਲ ਦੇ ਵਿੱਚ, ਠੀਕ ਹੈ, ਤੇ ਘੱਟੋ ਘੱਟ ਡੇਲੀ ਦਾ ਵੇਜ 700 ਰੁਪਇਆ ਕੀਤਾ ਜਾਵੇ। ਇਹ ਧਰਨਾ ਜੀ ਸੰਯੁਕਤ ਕਿਸਾਨ ਮੋਰਚੇ ਦਾ, 200 ਯੂਨੀਅਨਾਂ ਨੇ ਇਕੱਠੀਆਂ ਹੋ ਕੇ ਦਿੱਲੀ ਚਲੋ ਦਾ ਨਾਰਾ ਲਾਇਆ ਸੀ 13 ਫਰਵਰੀ 2024 ਨੂੰ, ਤੇ ਕਿਸਾਨ ਵੱਧ ਚੜ ਕੇ ਹੁਣ ਇਹਦੇ 'ਚ ਹਿੱਸਾ ਲੈ ਰਹੇ ਨੇ। ਇੱਕ ਲਹਿਰ ਬਣਾ ਦਈਏ ਆਪਾਂ ਵੀ, ਤਾਂ ਜੋ ਸਰਕਾਰ ਨੂੰ ਪਤਾ ਲੱਗ ਜੇ ਤੇ ਸਰਕਾਰ ਆਪਦੀਆਂ ਨੀਤੀਆਂ ਸਵਾਮੀਨਾਥਨ ਰਿਪੋਰਟ ਅਕੋਰਡਿੰਗ ਕਰ ਦੇਣ ਸਾਰੀਆਂ, ਠੀਕ ਹੈ। ਇਹ ਮੰਗਾਂ ਨੇ ਜੀ ਆਪਾਂ। ਹੋਰ ਵੀਡੀਓ ਪੂਰੀ ਡਿਟੇਲ ਦੇ ਵਿੱਚ ਲੈਣ ਦੇ ਲਈ, ਉਹ ਵੀ ਮੈਂ ਪੂਰੀ ਵਧੀਆ ਬਣਾਉਂ ਵੀ ਆਪਣੇ ਕੋਲੇ ਝੋਨੇ ਦੇ ਵਿੱਚ ਜੀ ਆਹ ਰੇਟ ਹੈ ਜੀ, ਸਵਾਮੀਨਾਥਨ ਰਿਪੋਰਟ ਕੀ ਹੈ ਜੀ, ਠੀਕ ਹੈ, ਕੀ ਸਵਾਮੀਨਾਥਨ ਹੈਗਾ ਕੌਣ ਸੀ, ਕਿਹੜੀ ਫਸਲ ਤੇ ਕਿੰਨੀ MSP ਹੋਣੀ ਚਾਹੀਦੀ ਹੈ, ਉਹ ਸਾਰੀ ਵੀਡੀਓ ਬਣਾਉਂਗਾ। ਪਰ ਫਿਲਹਾਲ ਇੰਨੀ ਕੁ ਵੀਡੀਓ ਜ਼ਰੂਰੀ ਸੀ ਤਾਂ ਜੋ ਕਿਸਾਨਾਂ ਨੂੰ ਪਤਾ ਲੱਗ ਸਕੇ। ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ, ਠੀਕ ਹੈ, ਕਮੈਂਟ ਕਰਿਓ ਵੀ ਕਿਵੇਂ ਦੀ ਲੱਗੀ, ਨੌਲੇਜ ਦੇ ਵਿੱਚ ਥੋੜ੍ਹਾ ਮੋਟਾ ਵਾਧਾ ਹੋਇਆ ਜੱਟੂ ਤਰੀਕੇ ਨਾਲ, ਮੈਂ ਇੱਕ ਜੱਟੂ ਤਰੀਕੇ ਦੇ ਨਾਲ ਇੱਥੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਥੈਂਕ ਯੂ ਸੋ ਮੱਚ ਜੀ। ਨੋ ਫਾਰਮਰ ਨੋ ਫੂਡ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬੀਜੇਪੀ ਵਾਲਿਆਂ ਨੂੰ ਵੀ, ਜਿਹੜੀ ਵੀ ਸਰਕਾਰ ਆਉਂਦੀ ਹੈ, ਠੀਕ ਹੈ, ਤਾਂ ਕਿਸਾਨਾਂ ਦਾ ਸਾਥ ਦਿਓ। ਥੈਂਕ ਯੂ ਸੋ ਮੱਚ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।